जिला संगरूर की पुलिस ने वख-वख ई कामर्स कंपनियों नाल ऑनलाइन ठगिया करने वाले एक गिरोह के तीन मैंबरों को गिरफ्तार किया है। इन्हां कोलों 3 लाख रुपये बरामद हुए हैं। पुलिस अनुसार गिरोह एक कंपनी नाल 82 मोबाइल वापस ना करके करीब 19 लाख रुपये की ठगी मार चुके हैं। इत्थे जिला पुलिस मुखी सुरेंद्र लांबा ने दस्सिया कि गिरोह वालों 82 वख-वख नाम के फ्लिपकार्ट आईडीज बना के हरेक आईडीज तो अलग अलग मोबाइल फोन ऑर्डर करके ऑर्डर किए मोबाइल फोन रिटर्न करने लिए फ्लिपकार्ट कंपनी को वख-वख कारण दसते सी, जिमें कि मोबाइल फोन टुटिया होया है, डिब्बे विच मोबाइल नहीं निकलिया जां खराब है, फिर कंपनी को मोबाइल रिटर्न करन दी एप्लीकेशन रजिस्टर्ड करवा देंदे सी। मोबाइल रिटर्न विच अजिहा पोस्टल कार्ड वरतदे सी जिस जगह तो ऑर्डर लेना है उसकी सुविधा मुहैया ना होवे, फिर कंपनी ने मोबाइल फोन वापस ना करके मोबाइल दे रीफंड दी रकम भी अपने बैंक खाते विच पुआ लेंदे सी। इस गिरोह ने 19,68,284 रुपए के 82 मोबाइल फोन रिटर्न ना करके ठगी मारी है। उन्हें दस्या कि जिला पुलिस के साइबर क्राइम इन्वेस्टिगेशन यूनिट संगरूर ने केस दर्ज करके प्रताज राण ईशू गर्ग उर्फ चीनू रामचंद्र और रमेश सैनी वासियान खनोरी को गिरफ्तार कर लिया है, जबकि रविंदर सिंह वासी खनोरी की गिरफ्तारी अजे बाकी है। उन्हें दस्या कि ईशू गर्ग उर्फ चीनू और रविंदर कुमार के खिलाफ ई कामरेज कंपनी एमोजिन 15 लाख की ठगी मारन के दोष हेठ पहला भी थाना सिटी हैदराबाद में केस दर्ज है। ਸਾਡੀ ਟੀਮ ਕੋਲੇ ਜਿਹੜੀ ਸਾਈਬਰ ਸੈੱਲ ਦੀ ਟੀਮ ਹੈਗੀ ਉਹਦੇ ਕੋਲੇ ਇੱਕ ਕੰਪਲੇਂਟ ਫਲਿੱਪਕਾਰਟ ਕੰਪਨੀ ਤੋਂ ਰਿਸੀਵ ਹੋਈ ਸੀਗੀ, ਜਿਹਦੇ ਵਿੱਚ ਫਲਿੱਪਕਾਰਟ ਕੰਪਨੀ ਨੇ ਕਿਹਾ ਸੀਗਾ ਕਿ ਉਹਨਾਂ ਦੇ 82 ਫੋਨ ਜਿਹੜਾ ਹੈਗਾ ਇੱਕ ਕੁਛ ਲੋਕਾਂ ਨੇ ਮਿਲ ਕੇ ਕਨੌਰੀ ਏਰੀਆ 'ਚ ਡਿਲੀਵਰ ਕਰਵਾਏ ਅਤੇ ਉਹਨਾਂ ਦੇ ਫੇਕ ਰਿਟਰਨਸ ਜਿਹੜੀ ਹੈਗੀ ਉਹ ਕਰਾ ਕੇ ਰਿਫੰਡ ਵੀ ਲੈ ਲਿਆ ਅਤੇ ਮੋਬਾਈਲ ਫੋਨ ਵੀ ਉਹਨਾਂ ਨੇ ਆਪਣੇ ਕੋਲ ਰੱਖ ਲਏ ਅਤੇ ਲਗਭਗ ਜਿਹੜਾ ਹੈਗਾ ਉਹ 19 ਲੱਖ 19.5 ਲੱਖ ਰੁਪਏ ਦਾ ਉਹਨਾਂ ਨੇ ਕੰਪਨੀ ਦੇ ਨਾਲ ਫਰੋਡ ਕੀਤਾ। ਅਤੇ ਜਿਹਦੇ ਸੰਬੰਧ ਵਿੱਚ ਸਾਡੇ ਇੰਚਾਰਜ ਸਾਈਬਰ ਸੈੱਲ ਸੰਗਰੂਰ ਔਰ DSPD ਦੀ ਨਿਗਰਾਨੀ ਹੇਠ ਜਿਹੜਾ ਹੈਗਾ ਇਹਦਾ ਇਨ ਡਿਟੇਲ ਇਨਕੁਆਇਰੀ ਐਂਡ ਇਨਵੈਸਟੀਗੇਸ਼ਨ ਕੀਤਾ ਗਿਆ ਅਤੇ ਨਾਲ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮਾ ਦਰਜ ਕਰਨ ਤੋਂ ਬਾਅਦ 4 ਲੋਕ ਮੇਨ ਆਈਡੈਂਟੀਫਾਈ ਦੇ ਵਿੱਚ ਹੋਏ, ਜਿਨ੍ਹਾਂ ਨੇ ਜਿਹੜਾ ਹੈਗਾ ਉਹ ਵੱਖਰੇ ਵੱਖਰੇ ਮੋਬਾਈਲ ਫੋਨ ਯੂਜਰ ਆਈਡੀਜ਼ ਅਤੇ ਉਹ ਬਣਾ ਕੇ ਅਤੇ ਫਲਿੱਪਕਾਰਟ ਕੰਪਨੀ ਤੋਂ ਡਿਲੀਵਰੀਜ਼ ਲੈ ਕੇ ਲਗਭਗ 82 ਮੋਬਾਈਲ ਫੋਨਸ ਦੀ ਅਤੇ ਉਹਨਾਂ ਦੀ ਫਿਰ ਫੇਕ ਰਿਟਰਨ ਜਿੱਦਾਂ ਉਹ ਟੈਕਨੀਕਲ ਐਰਰ ਕਰਕੇ ਕਿ ਮੋਬਾਈਲ ਫੋਨ ਡੈਮੇਜਡ ਹੈਗਾ ਜਾਂ ਪ੍ਰੋਪਰ ਕੰਮ ਨਹੀਂ ਕਰ ਰਿਹਾ, ਇਸ ਤਰੀਕੇ ਨਾਲ ਰਿਟਰਨ ਪਾ ਕੇ ਅਤੇ ਉਹਨਾਂ ਦੇ ਰਿਫੰਡ ਲੈ ਲਏ, ਐਟ ਦੀ ਸੇਮ ਟਾਈਮ ਮੋਬਾਈਲ ਫੋਨਸ ਵੀ ਰੱਖ ਲਏ ਉਹਨਾਂ ਨੇ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ DSP ਮੋਣਕ ਦੀ ਟੀਮ ਨੇ, SHO ਖਨੌਰੀ ਦੀ ਟੀਮ ਨੇ, ਨਾਲ ਸਾਡੀ ਸਾਈਬਰ ਸੈੱਲ ਦੀ ਟੀਮ ਨੇ ਜਿਹੜਾ ਹੈਗਾ ਉਹ ਮਿਲ ਕੇ ਇਹਨਾਂ ਵਿੱਚੋਂ 4 ਮੇਨ ਦੋਸ਼ੀਆਂ ਵਿੱਚੋਂ 3 ਦੋਸ਼ੀ ਗ੍ਰਿਫਤਾਰ ਕੀਤੇ ਹੈਗੇ। ਇਹਨਾਂ ਤੋਂ ਲਗਭਗ 3 ਲੱਖ ਰੁਪਏ ਦੀ ਰਿਕਵਰੀ ਹੋਈ ਹੈਗੀ। ਇਹਨਾਂ ਦੇ 2 ਮੋਬਾਈਲ ਫੋਨ ਸਾਡੀ ਟੀਮ ਨੇ ਬਰਾਮਦ ਕੀਤੇ ਹੈਗੇ, 1 ਦੋਸ਼ੀ ਹਾਲੇ ਫੜਨਾ ਬਾਕੀ ਹੈਗਾ। ਅਤੇ ਇਸ ਤੋਂ ਇਲਾਵਾ ਜਿਹੜੇ ਇਹਨਾਂ ਨੇ ਮੋਬਾਈਲ ਫੋਨ ਅੱਗੇ ਫਰਦਰ ਵੇਚੇ ਹੈਗੇ ਅਤੇ ਜਿਹਦੇ ਰਾਹੀਂ ਵੇਚੇ ਹੈਗੇ ਉਹ ਅਸੀਂ ਅੱਗੇ ਫਰਦਰ ਰਿਕਵਰ ਕਰਾਂਗੇ। ਇਹਦੇ ਵਿੱਚ ਹੋਰ ਵੀ ਜਿਹੜੇ ਹੈਗੇ ਬੜੇ ਮਾਮਲੇ ਇਸ ਤਰੀਕੇ ਦੇ ਜਿਹੜੇ ਈ ਕਾਮਰਸ ਕੰਪਨੀਜ਼ ਹੈਗੇ ਉਹਦੇ ਨਾਲ ਉਹਨਾਂ ਦੇ ਟੈਕਨੀਕਲ ਲੂਪ ਹੋਲਸ ਨੂੰ ਯੂਜ ਕਰਦੇ ਹੋਏ ਜਾਂ ਉਹਨਾਂ ਦੇ ਨਾਲ ਫਰੋਡ ਕਰਦੇ ਹੋਏ ਜਿਹੜੇ ਹੈਗੇ ਉਹ ਸਾਹਮਣੇ ਉਸ ਤਰੀਕੇ ਦੇ ਮਾਮਲੇ ਆ ਸਕਦੇ ਹੈਗੇ। ਅਤੇ ਜਿਹੜੇ ਦੋਸ਼ੀ ਫੜੇ ਹੈਗੇ ਉਹਨਾਂ ਵਿੱਚ ਈਸ਼ ਗਰਗ ਅਤੇ ਰਾਜੇਸ਼ ਸੈਨੀ 2 ਲੋਕਾਂ 'ਤੇ ਪਹਿਲਾਂ ਵੀ ਜਿਹੜਾ ਹੈਗਾ ਉਹ ਹੈਦਰਾਬਾਦ ਦੇ ਵਿੱਚ ਇਸੇ ਤਰੀਕੇ ਦਾ ਫਰੋਡ ਇੱਕ ਐਮਾਜ਼ੋਨ ਕੰਪਨੀ ਦੇ ਨਾਲ ਕਰਨ ਦਾ ਮੁਕੱਦਮਾ ਦਰਜ ਹੈਗਾ, ਬਾਕੀ ਅਸੀਂ ਫਰਦਰ ਇਨਵੈਸਟੀਗੇਟ ਕਰ ਰਹੇ ਹੈਗੇ ਅਤੇ ਇਹਦੇ 'ਚ ਬੜੇ ਖੁਲਾਸੇ ਹੋਣ ਦੀ ਉਮੀਦ ਹੈ। ਹਾਂਜੀ, ਪ੍ਰਾਈਮ FSI ਹਾਲੇ ਤੱਕ ਰੋਲ ਸਾਹਮਣੇ ਨਹੀਂ ਆਇਆ ਹੈਗਾ, ਬਟ ਡੈਫੀਨੇਟਲੀ ਇਹਦੇ 'ਚ ਜਿਹੜਾ ਇੰਨਾ ਬੜਾ ਜਿਹੜਾ ਹੈਗਾ ਉਹ ਫਰੋਡ ਹੋਇਆ ਹੈਗਾ ਅਤੇ ਉਹਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਇਹਨਾਂ ਨੇ ਕਿਸੇ ਡਿਲੀਵਰੀ ਬੋਆਏ ਨੇ ਹੀ ਉਹ ਕੋਈ ਆਈਡੀਆ ਦਿੱਤਾ ਹੋਵੇ ਜਾਂ ਕਿਸੇ ਹੋਰ ਬੰਦੇ ਨੇ, ਕੰਪਨੀ ਦੇ ਇਨਸਾਈਡਰ ਬੰਦੇ ਨੇ ਵੀ ਹੋ ਸਕਦਾ ਆਈਡੀਆ ਦਿੱਤਾ। ਜਿਹੜਾ ਹੁਣ ਤੱਕ ਜਿਹੜਾ ਸਾਡੇ ਕੋਲ ਰਿਪੋਰਟ ਕੰਪਨੀ ਨੇ ਦਿੱਤੀ ਹੈਗੀ ਉਹਦੇ ਵਿੱਚ 82 ਫੋਨਾਂ 'ਤੇ ਦਿੱਤੀ ਹੈਗੀ, ਅਤੇ ਕਿਉਂਕਿ ਫੋਨ ਜਿਹੜਾ ਆਈਟਮ ਹੈਗਾ ਉਹਦੇ 'ਚ ਮਤਲਬ ਇੱਕ ਤਾਂ ਐਕਸਪੈਂਸਿਵ ਹੋ ਜਾਂਦਾ ਹੈਗਾ ਅਤੇ ਐਟ ਦੀ ਸੇਮ ਟਾਈਮ ਉਹਦਾ ਡਿਲੀਵਰੀ ਜਿਹੜੀ ਹੈਗੀ ਉਹਦੇ ਨਾਲ ਉਹਨੂੰ ਕਹਿ ਸਕਦੇ ਹੋ ਤੁਸੀਂ ਕਿ ਫੋਲਟੀ ਡਿਲੀਵਰੀ ਹੋ ਗਈ ਜਾਂ ਡੈਮੇਜ ਹੋ ਗਿਆ ਉਸ ਤਰੀਕੇ ਦਾ, ਅਤੇ ਹੋ ਸਕਦਾ ਹੋਰ ਵੀ ਕੋਈ ਇਲੈਕਟ੍ਰੋਨਿਕ ਆਈਟਮ ਜਾਂ ਹੋਰ ਚੀਜ਼ਾਂ ਕੀਤੀ ਹੋਏ ਉਹ ਅਸੀਂ ਵੈਰੀਫਾਈ ਕਰਾਂਗੇ। ਜਿਹੜੇ ਹੁਣ ਤੱਕ ਪ੍ਰਾਈਮ FSI ਜਿਹੜਾ ਸਾਹਮਣੇ ਜਿਹੜੇ ਸਾਡੇ ਕੋਲ ਆਇਆ ਹੈਗਾ 82 ਫੋਨ, ਉਹਨਾਂ ਵਿੱਚ ਜਿਹੜੇ 10,000 ਤੋਂ ਲੈ ਕੇ 20-25,000 ਦੀ ਰੇਂਜ ਦੇ ਜਿਹੜੇ ਮੇਨਲੀ ਫੋਨ ਹੈਗੇ, ਅਤੇ ਬਾਕੀ ਅਸੀਂ ਹੋਰ ਵੈਰੀਫਾਈ ਕਰਾਂਗੇ ਅਤੇ ਫਿਰ ਪਤਾ ਲੱਗ। ਉਹੀ ਅਸੀਂ ਵੈਰੀਫਾਈ ਕਰ ਰਹੇ ਹੈਗੇ ਕਿ ਇਹਨਾਂ ਨੇ ਕੰਪਨੀ ਜਦੋਂ ਵੀ ਕੋਈ ਰਿਟਰਨ ਇਸ ਨੂੰ ਰਿਫੰਡ ਕਰਦੀ ਹੈਗੀ ਅਤੇ ਜਿਹੜਾ ਆਈਟਮ ਉਹਨਾਂ ਨੇ ਡਿਲੀਵਰ ਕੀਤਾ ਉਹ ਵਾਪਸ ਲੈਂਦੀ ਹੈਗੀ,
ਪਰ ਜਿਹੜਾ ਸਾਹਮਣੇ ਆਇਆ ਹੈਗਾ ਕਿ ਕੋਈ ਇਸ ਤਰੀਕੇ ਦੀ ਲੋਕੇਸ਼ਨ ਜਿਹੜੀ ਹੈਗੀ ਇਹਨਾਂ ਨੇ ਯੂਜ਼ ਕੀਤੀ ਜਿੱਥੇ ਪਿਕਅਪ ਫੈਸਿਲਿਟੀ ਕੰਪਨੀ ਦੀ ਅਵੇਲੇਬਲ ਨਹੀਂ ਹੁੰਦੀ ਅਤੇ ਉਹਦਾ ਕੋਈ ਫਾਇਦਾ ਉਠਾ ਕੇ ਇਹਨਾਂ ਨੇ ਉਹਨੂੰ ਕੀਤਾ ਹੈਗਾ, ਉਹਨੂੰ ਅਸੀਂ ਡਿਟੇਲ 'ਚ ਇਨਵੈਸਟੀਗੇਟ ਕਰਾਂਗੇ ਕੰਪਨੀ ਦੇ ਨੁਮਾਇੰਦਾ ਨਾਲ ਮਿਲ ਕੇ, ਅਤੇ ਐਟ ਦੀ ਸੇਮ ਟਾਈਮ ਇਨਵੈਸਟੀਗੇਸ਼ਨ 'ਚ ਫਰੋਡਸਟਰ ਨੂੰ ਪੁੱਛਾਂਗੇ ਕਿ ਕਿਸ ਤਰੀਕੇ ਨਾਲ ਕੀ ਕੀ ਮੋਡਸ ਆਪਰੈਂਡੀ ਅਪਣਾਈ। ਕੰਪਨੀ ਨੇ ਜਿਹੜੀ ਹੈਗੀ ਸਾਡੇ ਦਫ਼ਤਰ ਐਸ ਐਸ ਪੀ ਆਫਿਸ ਸੰਗਰੂਰ ਜਿਹੜੀ ਹੈਗੀ ਆ ਕੰਪਲੇਂਟ ਦਿੱਤੀ, ਜਿਸ ਤੋਂ ਬਾਅਦ ਸਾਈਬਰ ਸੈੱਲ ਭੇਜੀਗੀ ਅਤੇ ਸਾਈਬਰ ਸੈੱਲ ਨੇ ਇਨਵੈਸਟੀਗੇਟ ਕੀਤਾ ਅਤੇ ਇਨਵੈਸਟੀਗੇਟ ਕਰਕੇ ਜਿਹੜਾ ਹੈਗਾ ਲੋਕਲ ਪੁਲਿਸ ਖਨੌਰੀ ਅਤੇ ਨਾਲ ਡੀ ਐਸ ਪੀ ਡੀ ਐਸ ਪੀ ਮੁਨਕ ਨੇ ਮਿਲ ਕੇ ਜਿਹੜਾ ਹੈਗਾ ਉਹ ਇੰਚਾਰਜ ਸਾਈਬਰ ਸੈੱਲ ਦੀ ਡਿਊਟੀ ਲਾ ਕੇ ਜਿਹੜਾ ਸਾਰਾ ਓਪਰੇਸ਼ਨ ਅੰਜਾਮ ਦਿੱਤਾ ਹੈਗਾ। ਕਿੰਨੇ ਕੁ ਸਮੇਂ ਤੋਂ ਤੁਸੀਂ ਇਸ ਕੰਮ ਕਰ ਰਹੇ ਸੀ? 6 ਮਹੀਨੇ। ਆਈਡੀਆ ਕਿੱਥੋਂ ਆਇਆ ਚੀਜ਼ ਦਾ? ਮੈਂ ਪ੍ਰੋਡਕਟ ਮੰਗਵਾਉਂਦਾ ਸੀ ਪਹਿਲਾਂ। ਠੀਕ ਹੈ। ਸਭ ਤੋਂ ਪਹਿਲੀ ਜਿਹੜੀ ਠੱਗੀ ਮਾਰੀ ਸੀ ਜਾਂ ਮਤਲਬ ਕਿ ਦਿਮਾਗ 'ਚ ਆਇਆ ਸੀ ਵੀ ਇੱਦਾਂ ਵੀ ਹੋ ਸਕਦਾ ਹੁੰਦਾ, ਉਹ ਕਦੋਂ ਕਰਿਆ ਸੀ? 6 ਮਹੀਨੇ ਪਹਿਲੇ। ਨਹੀਂ, ਦਿਮਾਗ 'ਚ ਕਿੱਥੋਂ ਆਇਆ ਆਈਡੀਆ? ਮੈਂ ਪਹਿਲਾਂ ਪ੍ਰੋਡਕਟ ਮੰਗਵਾਉਂਦਾ ਰਹੇ ਹਾਂ। ਅੱਛਾ, ਪਰ ਇੰਨੀ ਜ਼ਿਆਦਾ ਕੁਆਂਟੀਟੀ ਦੇ ਮੋਬਾਈਲ ਸੀ, ਉਹ ਵੇਚਦੇ ਕਿੱਥੇ ਸੀ? ਸੇਲ ਕਿੱਥੇ ਕਰਦੇ? ਲੋਰੀ ਵੇਚਦੇ ਸੀ। ਹੋਰ ਕਿੰਨੇ ਕੰਪਨੀ ਨੂੰ ਮਤਲਬ ਮੰਗਾਉਂਦੇ ਸੀ ਫੋਨ ਜਾਂ ਮਤਲਬ ਕੋਈ ਕੋਈ ਵੀ ਮੰਗਾ ਲਈ ਸੀ? ਅੱਛਾ, ਕਿੰਨੀ ਹੁਣ ਤੱਕ ਕਿੰਨੇ ਮੋਬਾਈਲ ਤੁਸੀਂ ਵੇਚ ਚੁੱਕੇ ਹੋ? 20 30 ਕਿੱਥੇ ਸੀ? ਨਹੀਂ ਮਤਲਬ ਕਿ ਕਿਹੜੇ ਕੋਈ ਮਹਿੰਗੇ ਮੋਬਾਈਲ ਐਪਲ ਕੰਪਨੀ ਵਗੈਰਾ ਦੇ? ਹਾਂ ਜੀ, ਮੈਂ ਛੋਟੀ ਜਿਹੀ 15-20 ਹਜ਼ਾਰ। ਅੱਛਾ, ਜਿਹੜੀ ਤੁਸੀਂ ਉਸ ਤੋਂ ਪਹਿਲਾਂ ਤੁਸੀਂ ਹੈਦਰਾਬਾਦ ਵੀ ਤੁਸੀਂ ਇੱਕ ਫਰੋਡ ਕੀਤਾ ਸੀ, ਉੱਥੋਂ ਆਈਡੀਆ ਆਇਆ ਸੀ ਕਿ ਉਹ ਤੋਂ ਵੱਡਾ ਫਰੋਡ ਕੀਤਾ ਸੀ, ਹੁਣ ਪੰਜਾਬ 'ਚ ਇੱਦਾਂ ਕਰ ਲਾਂਗੇ? ਨਹੀਂ, ਉਹ ਫਰੋਡ ਨਹੀਂ ਸੀ ਜੀ, ਉਹ ਤਾਂ ਮੇਰੇ ਫਰੈਂਡ ਨਾਲ ਵੈਸੇ ਅਸੀਂ 2000 ਤੋਂ ਬਿਜ਼ਨਸ ਕਰਦੇ ਸੀ 2000 ਰੁਪਏ ਤੇ ਆਨਲਾਈਨ। ਠੀਕ, ਓਕੇ ਬਾਈ।